ਇੱਕ ਰਾਸ਼ਨ ਦੇ ਗੋਦਾਮ ਚੋਂ ਦਿਨ ਦਿਹਾੜੇ ਤੇਲ ਦੇ ਪੀਪੇ ਚੱਕੇ ਗਏ ਨੇ। ਤਾਂ ਦੱਸ ਦਈਏ ਕਿ ਜਿਵੇਂ ਹੀ ਚੋਰਾਂ ਨੂੰ ਮੌਕਾ ਮਿਲਿਆ ਤਾਂ ਉਹਨਾਂ ਨੇ ਦੁਕਾਨ ਦੇ ਗੋਦਾਮ ਦੇ ਵਿੱਚ ਹੱਥ ਸਾਫ਼ ਕੀਤਾ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਦੁਕਾਨਦਾਰ ਜੋ ਸੀ ਉਹ ਆਪਣੀ ਨਾਲ ਵਾਲੀ ਦੁਕਾਨ ਦੇ ਵਿੱਚ ਸੀ ਤੇ ਜਿਹੜਾ ਨਾਲ ਦਾ ਇੱਕ ਹੋਰ ਦੁਕਾਨ ਸੀ ਉਸਨੂੰ ਉਸਨੇ ਗੋਦਾਮ ਬਣਾ ਰੱਖਿਆ ਸੀ ਤੇ ਉਸਦੇ ਵਿੱਚ ਕੋਈ ਵੀ ਨਹੀਂ ਸੀ। ਪਰ ਇੱਕ ਐਕਟਿਵਾ ਦੇ ਉੱਤੇ ਸਵਾਰ ਹੋ ਕੇ ਦੋ ਚੋਰ ਆਉਂਦੇ ਨੇ। ਪਹਿਲਾਂ ਤਾਂ ਉਹਨਾਂ ਦੇ ਵੱਲੋਂ ਆਲੇ ਦੁਆਲੇ ਦੇਖਿਆ ਜਾਂਦਾ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਤੇਲ ਦਾ ਪੀਪਾ ਸਭ ਤੋਂ ਪਹਿਲਾਂ ਚੁੱਕ ਕੇ ਉਹ ਐਕਟਿਵਾ ਤੇ ਅੱਗੇ ਰੱਖ ਲੈਂਦੇ ਨੇ। ਹਾਲਾਂਕਿ ਜਿਵੇਂ ਹੀ ਉਹਨਾਂ ਨੂੰ ਲੱਗਦਾ ਹੈ ਕਿ ਇੱਥੇ ਕੋਈ ਵੀ ਨਹੀਂ ਹੈ ਤਾਂ ਤੁਰੰਤ ਇੱਕ ਵਾਰ ਫਿਰ ਚੋਰ ਅੰਦਰ ਵੜਦਾ ਗੋਦਾਮ ਦੇ ਤਾਂ ਦੋ ਪੀਪੇ ਯਾਨੀ ਕਿ ਇੱਕ ਤੇਲ ਦਾ ਤੇ ਇੱਕ ਘੀ ਦਾ ਪੀਪਾ ਚੱਕਦਾ ਅਤੇ ਆਪਣੇ ਨਾਲ ਲੈ ਕੇ ਇੱਕ ਮੂਹਰੇ ਰੱਖ ਦਿੰਦਾ ਤੇ ਇੱਕ ਵਾਰ ਫਿਰ ਤੋਂ ਅੰਦਰ ਜਾਂਦਾ ਤੇ ਇੱਕ ਹੋਰ ਪੀਪਾ ਚੱਕਦਾ। ਤਾਂ ਇੱਕ ਇੱਕ ਕਰਕੇ ਉਸਦੇ ਵੱਲੋਂ ਚਾਰ ਪੀਪਿਆਂ ਦੇ ਉੱਤੇ ਹੱਥ ਸਾਫ਼ ਕੀਤਾ ਗਿਆ, ਜਿਨ੍ਹਾਂ ਦੇ ਵਿੱਚੋਂ ਦੋ ਤੇਲ ਦੇ ਨੇ ਤੇ ਦੋ ਘੀ ਦੇ ਪੀਪੇ ਦੱਸੇ ਜਾ ਰਹੇ ਨੇ। ਤਾਂ ਦੱਸ ਦਈਏ ਕਿ ਉਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ ਨੇ। ਹਾਲਾਂਕਿ ਜਦੋਂ ਦੁਕਾਨਦਾਰ ਨੇ ਆ ਕੇ ਆਪਣੇ ਗੋਦਾਮ ਨੂੰ ਚੈੱਕ ਕੀਤਾ ਤਾਂ ਉਸਦੇ ਵਿੱਚ ਚਾਰ ਟੀਨ ਜੋ ਸੀ ਉਹ ਘੱਟ ਨਿਕਲੇ। ਤਾਂ ਉਸ ਤੋਂ ਬਾਅਦ ਉਸਨੇ ਜਦੋਂ ਸੀਸੀਟੀਵੀ ਚੈੱਕ ਕੀਤੇ ਤਾਂ ਉਸਦੇ ਵਿੱਚ ਚੋਰ ਸਾਫ਼ ਦੇਖਿਆ ਗਿਆ ਤੇ ਹੁਣ ਉਸਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ ਤੇ ਖਬਰ ਫਗਵਾੜਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਵਾਪਰੀ ਹੈ ਜਦਕਿ ਦੁਕਾਨਦਾਰ ਜੋ ਸੀ ਮੇਨ ਉਹ ਆਪਣੀ ਦੁਕਾਨ ਦੇ ਵਿੱਚ ਬੈਠਾ ਸੀ। ਦੁਕਾਨ ਤੇ ਅਸੀਂ ਰਸ਼ ਬਹੁਤ ਸੀ ਤੇ ਗਾਹਕ ਗੁੱਗ ਬਹੁਤ ਸੀ, ਸੌਦਾ ਪਾਉਂਦੇ ਸੀ ਨਾਲ ਦੇ ਦੁਕਾਨ ਸਾਡਾ ਗੋਦਾਮ ਆ ਤੇ ਉੱਥੇ ਹੈ ਕੋਈ ਨਹੀਂ ਸੀ। ਉਹ ਦੋ ਬੰਦੇ ਐਕਟਿਵਾ ਤੇ ਆਏ ਆ, ਕੈਮਰੇ 'ਚ ਬਿਲਕੁਲ ਨਜ਼ਰ ਆਉਂਦੇ ਆ, ਚਾਰ ਟੀਨ ਦੋ ਟੀਨ ਘਿਓ ਦੋ ਟੀਨ ਤੇਲ ਦੇ ਚੱਕ ਕੇ ਲੈ ਗਏ। ਸਰ ਕਿੰਨੇ ਕੁ ਵਜੇ? 12:15 ਦੀ ਗੱਲ ਆ। ਜਦੋਂ ਅਸੀਂ ਘੰਟੇ ਕੁ ਬਾਅਦ ਵਿਹਲੇ ਹੋਏ ਬਾਹਰ ਜਾ ਕੇ ਦੇਖਿਆ ਤਾਂ ਸਾਡੇ ਚਾਰ ਟੀਨ ਘੱਟ। ਜਦੋਂ ਅਸੀਂ ਦੇਖਿਆ ਵੀ ਕਿੱਥੇ ਗਏ, ਆਪਣਾ ਕੈਮਰਾ ਖੋਲ੍ਹਿਆ ਦੁਕਾਨ ਦਾ ਤਾਂ ਬੰਦਾ ਸਾਫ਼ ਨਜ਼ਰ ਆਉਂਦਾ ਪਿਆ, ਟੀਨ ਚੱਕ ਕੇ ਲਿਆਂਦਾ, ਇੱਕ ਬੰਦਾ ਬਾਹਰ ਖੜਾ। ਉੱਥੇ ਰੱਖ ਕੇ ਦੋ ਬੰਦੇ ਐਕਟਰ ਗਏ ਆ ਦੁਕਾਨ ਦੇ ਮੋਹਰੇ। ਸੀਸੀਟੀਵੀ ਕੈਮਰੇ ਦੇ ਵਿੱਚ ਕਿੰਨੇ ਵਿਅਕਤੀ ਆਏ ਸੀਗੇ? ਦੋ ਚੱਕਣ ਵਾਲਾ ਇੱਕੋ ਹੀ ਸੀ। ਜਦੋਂ ਗਏ ਨਾ ਐਕਟਿਵਾ ਦੇ ਉਹ ਇੱਕ ਐਕਟਿਵਾ ਚਲਾਉਂਦਾ ਸੀ, ਉਹਦੇ ਪਹਿਲਾਂ ਦੋ ਟੀਮ ਚੱਕੇ ਉੱਥੇ ਮੋਹਰੇ ਰੱਖੇ, ਫਿਰ ਦੋ ਟੀਮ ਚੱਕੇ ਤੇ ਉਹਦੇ ਪਿੱਛੇ ਬਹਿ ਗਿਆ। ਕੋਈ ਸੀਸੀਟੀਵੀ ਕੈਮਰੇ 'ਚ ਆਏ? ਹਾਂ ਆਏ ਆ ਦੋਨੇ। ਤੇ ਪੁਲਿਸ ਕੰਪਲੇਂਟ ਕੀਤੀ ਇਸ ਮਾਮਲੇ ਨਾਲ? ਹਾਂ ਪੁਲਿਸ ਕੰਪਲੇਂਟ ਸਹੀ ਸੀ ਮੌਕੇ ਦੇ ਆਉਂਦੇ ਪਏ ਆ ਮੌਕੇ ਦੇ ਉਹ। ਹਾਂਜੀ, ਕਿੰਨੀ ਦੇਰ ਹੋ ਗਈ ਪੁਲਿਸ ਨੂੰ ਫੋਨ ਕੀਤਾ? ਬਸ ਹੋ ਗਿਆ 15-20 ਮਿੰਟ। ਜਿੱਦਾਂ ਸ਼ਹਿਰ ਦੇ ਵਿੱਚ ਸਰ ਮਕਿ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਵਾ, ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਆਪਾਂ? ਪ੍ਰਸ਼ਾਸਨ ਕੋਲ ਇਹੀ ਮੰਗ ਰੱਖਦੇ ਹਾਂ ਵੀ ਜਿਹੜਾ ਇਹਨਾਂ ਲੋਕਾਂ ਦੇ ਜਿਹੜਾ ਦੇਖਿਆ ਜਾਵੇ, ਵੀਡੀਓ ਦੇ ਵਿੱਚ ਬੰਦੇ ਦੀ ਬਿਲਕੁਲ ਪਿਓਰ ਸ਼ਕਲ ਆਈ ਆ, ਉਹਦੀ ਪਛਾਣ ਕੀਤੀ ਜਾਵੇ।